डेरा गाजी खान में बिजली 3 हफ्तों से गायब, तारें टूटी हुई, गर्मी के मौसम में अवाम परेशान, 5 किलोमीटर पानी भरने जाना पड़ता है। मजीद जानते हैं फयाज कोसा की रिपोर्ट में। मैं तोमी में मौजूद हूँ, हमारे साथ नूर मोहम्मद खान इलाकाई मौजूद है, इनसे जानते हैं कि बिजली के क्या मसाइल है इनके। अस्सलाम वालेकुम व रहमतुल्लाह। सर मसले त्रीजा हफ्ता जी, हाँ कुछ खंबे ढह गए जी, वो खंबे ढहण दे विच असा वाबे नाल राबता कीता ਵੀ ਜਨਾਬ ਮਿਹਰਬਾਨੀ ਕਰੋ ਸਾਡੇ ਖੰਭੇ ਡਹਿ ਗਏ, ਕੁਛ ਖੰਭੇ ਮਿਲੇ ਵਾਂ ਸਰ ਬਿਜਲੀ ਦੇ ਵਿੱਚ, ਔਰ ਉਹ ਵਿਰਾਨ ਚ ਆਉਂਦਾ ਸਫੀ ਸਰਵਰਕ ਨੇ ਗਿਣ ਕੇ ਬੇਲੇ ਤੱਕ ਹੀ ਕੁੱਲ ਹੈ ਪੂਰਾ ਇਲਾਕਾ, ਉਹ ਤਾਂ ਬਿਜਲੀ ਸਰਦਾਰ ਫਰੂਖ ਲਿਗਾਰੀ ਦੇ ਤੌਰ ਹੁਣ ਤਾਂ ਨਹੀਂ ਜੀ। ਉਸ ਤੋਂ ਬਾਅਦ ਉੱਥੋਂ ਖੰਭੇ ਜਿਹੜੇ ਡਾਂਡ ਹੈ ਉਹ ਇਹੋ ਪਤਾ ਲੱਗਦਾ ਕਿ ਸਵੇਲੇ ਉੱਥੋਂ ਵਹਿੰਦੋ ਨਾ ਖੰਭੇ ਦੇ ਕੋਲੋਂ ਤਾਰਾਂ ਕੋਈ, ਤੇ ਸਾਡਾ ਘਰ ਕਤਰਾ ਦੂਰ ਹੈ ਅੱਗੋਂ ਪਤੇ ਤੋਮੀ ਪਤੇ ਪੂਚਰੀ ਮੌਲਾ ਦਲਾਣਾ ਇਹ ਸਾਰੇ ਦਾ ਹਿੱਤੋਂ ਲੈਣ ਦਾ ਕੀ ਟਾਈਮ ਕੋ ਅਸਾਂ ਇਹਨੇ ਕੋ ਰਿਕੁਐਸਟ ਕੀਤੀ ਇੱਕ ਵੀ ਮਿਹਰਬਾਨੀ ਕਰੋ ਸਾਹਿਬ ਕੋ ਬਿਜਲੀ ਆਈ ਖੜੀ ਹੈ ਸਾਨੂੰ ਤੋਮੀ ਦੇ ਵਿੱਚ ਉਹੋ ਜਿਹਾ ਲੈਣ ਜਿਵੇਂ ਉੱਥਾਂ ਸਾਡੀ ਚੱਲਦੀ ਪਈ ਹੈ, ਉਡੇ ਚੋਰਿਆਂ ਤੋਂ ਲੈਣ, ਮਿਹਰਬਾਨੀ ਕਰੋ ਅਸਾਂ ਹਰ ਸਾਲ ਗੰਦੇ ਥੈ, ਤੁਸਾਂ ਮਿਹਰਬਾਨੀ ਕਰੋ ਕਿ ਸਾਹਿਬ ਕੋ ਲੈਣ ਇੱਥਾਂ ਲਾਵਣ ਲਿਓ, ਇਹ ਇਲਾਕੇ ਦੇ ਲੋਕ ਕਹਿਲ ਸਨ ਤੁਸਾਂ ਯਾਰ ਲਾਓ। ਅਸਾਂ ਜਿਹੜੇ ਲਾਵਣ ਦੀ ਕੋਸ਼ਿਸ਼ ਕੀਤੀ ਹੈ ਖੰਭੇ ਛੰਭੇ ਮਤਲਬ ਦਰਖਾਸਤ ਕੀਤੇ ਤੇ ਵਾਬੇ ਵਾਲੇ ਕੋ ਦੇ ਦਿੱਤੇ ਨੇ, ਐਸ ਪੀ ਓ ਸਾਹਿਬ ਵੀ ਆ ਗਏ, ਉਹਨੇ ਰੋਕਾਵਾ ਦੇ ਦਿੱਤਾ। ਅਸਾਂ ਇਹਨਾਂ ਦੇ ਜੋ ਹੁਕਮਰਾਨ ਹੈ ਜੋ ਵਰਕਰ ਨੇ ਯਾਦ ਹੈ ਉਹਨਾਂ ਨੂੰ ਸਾਰੇ ਕੋ ਆਖੇ ਤੇ ਮਿਹਰਬਾਨੀ ਕਰੋ, ਸਾਡੇ ਬਾਲ ਤਰੇਕ ਨੇ ਮਰਦੇ ਪੈਣ, ਗਰਮੀ ਹੈ ਆਪ ਡੇ ਤੇ ਪੈਣ, ਹਰ ਹਰ ਕਿਸਮ ਦਾ ਹਰ ਕੋ ਪਤਾ ਹੈ, ਸਰਦਾਰੇ ਕੋ ਪਤਾ ਹੈ, ਪੂਰੇ ਇਲਾਕੇ ਵਾਲੇ ਕੋ ਪਤਾ ਹੈ ਕਿ ਅਸਾਂ ਈ ਟਾਈਮ ਕੋ ਜ਼ਲੀਲ ਤੋਂ 4-4 ਕਿਲੋਮੀਟਰ 5-5 ਕਿਲੋਮੀਟਰ ਅਸਾਂ ਪਾਣੀ ਕੋਤੇ ਮੋਤੇ ਨੇ ਭਰ ਕੇ ਪੀਵਣ ਦਾ ਗੁਜ਼ਾਰਾ ਕਰਨ ਜੀ, ਪੀਵਣ ਦਾ ਮਾਲ ਦਾ ਪਾਣੀ ਕੋ ਨਹੀਂ, ਉਦੋਂ ਸਕੂਆ ਉਹੀ ਬੰਦ ਹੈ ਜੀ, ਕਿਉਂ ਜੋ ਅਟਾਮਕ ਦੀ ਵਜ੍ਹਾ ਕੋ ਬੰਦ ਹੀ ਹੈ ਪਾਣੀ, ਉੱਥੋਂ ਫਸਲ ਮਿਲਦਾ ਪਾਣੀ ਕੋਈ ਨਹੀਂ। ਹੁਣ ਗੱਲ ਇਹ ਈ ਬਿਰੱਪੀ ਦਾ ਸਾਡੇ ਵਿਰਾ ਹੈ, ਈ ਟਾਈਮ ਕੋ ਸਾਡੇ ਨਾਲ ਫੁੱਲ ਮੁਨਾਫਕਤ ਸ਼ੁਰੂ ਕੀਤੀ ਪੈਣੀ, ਸਾਡੇ ਕੋ ਬਿਜਲੀ ਨਹੀਂ ਦਿੰਦੇ ਪਏ। ਅਸਾਂ ਦਰਖਾਸਤ ਕਰਨੇ ਹਾਂ ਹੁਕਮਰਾਨੇ ਕੋ, ਸਦਰ ਕੋ, ਵਜ਼ੀਰ ਆਜ਼ਮ ਕੋ, ਜੋ ਪੰਜਾਬ ਦੇ ਜਿਤਨੇ ਹੁਕਮਰਾਨ ਹਨ, ਮਿਹਰਬਾਨੀ ਕਰੋ ਸਾਡੀ ਬਿਜਲੀ ਚਲੋ, ਸਾਡਾ ਇਹੋ ਸਾਰੇ ਜਿਤਨੇ ਵਿਰਾਹ ਹਨ ਇਹ ਸਾਰੇ ਬਿਜਲੀ ਦੇ ਵਜ੍ਹਾ ਕਰੋ। ਅੱਜ ਅੰਦਰ ਸਿਰਫ ਤੂਮੀ ਬੂਚਰੀ ਦੇ ਬੰਦੇ ਆਏ ਖੜ, ਅੱਗੋਂ ਤੇ ਉਹ ਹੁਕਮਰਾਨ ਹੈ ਕੌੜਾ ਖਾਂ ਰੁਸਤਮਾਣੀ, ਉਸ ਨੂੰ ਇੱਡੇ ਅੰਧਾ ਨਹੀਂ ਪਿਆ ਬਿਜਲੀ ਲੈਣ ਜੋ ਗਈ ਪਈ ਹੈ, ਅਸਾਂ ਕੋਈ ਖੰਭੇ ਦੀ ਮਦਦ ਕਰੂੰ, ਕੋਈ ਮਜ਼ਦੂਰੀ ਕਹੀਂ ਕੋ ਦੇਊਂ, ਜਾਂ ਕੋਈ ਪਤਾ ਕਰੂੰ, ਜਾਂ ਕੋਈ ਟੈਂਕਰ ਭੇਜੂੰ, ਕੋਈ ਪਾਣੀ ਕਹੀਂ ਕੋ ਦੇਊਂ, ਕੋਈ ਨਾ। ਹੁਣ ਇਹ ਤੂਮੀ ਵਿੱਚ ਜ਼ਿੱਦ ਕੀਤੀ ਕੜਿਆ ਸਾਡਾ ਬਿਆਦਰਾਨ ਹੈ, ਲੇਕਿਨ ਅਸਾਂ ਨੂੰ ਮਿਹਰਬਾਨੀ ਕਰੋ ਸਾਡੀ ਲੈਣ ਚਾਲੂ ਕਰੋ, ਉਸ ਤੋਂ ਬਾਅਦ ਇੱਥੇ ਨਾ ਬਾਬੇ ਵਾਲਾ ਕੋਈ ਜਿਹੋ ਜਿਹਾ ਫੈਸਲਾ ਕਰਨ ਦਾ, ਉਸ ਗਾਹੋਂ ਲੈਣ ਦਿਓ ਹਬੀਬਾਬਾਦ ਕਰੇ, ਇਹਨੇ ਦੀ ਲੈਣ ਕੋਈ ਤਕਲੀਫ ਦਿੰਦਾ ਪਏ ਤਾਂ ਜਿਹੜੇ ਦਾ ਖਤਰਾ ਸੀ ਮੁਕਾਬਲੇਬਾਜ਼ੀ ਸ਼ੁਰੂ ਕੀਤੀ ਪੈਣ, ਇੱਕ ਘੁੰਮਣਾ ਆਉਂਦੇ ਤੇ ਤੂੰ ਜਾਣਦਾ ਮੈਂ ਨਹੀਂ ਲਾਵਣ ਦੇਣਾ, ਲੇਕਿਨ ਇਹ ਸਾਡਾ ਜ਼ੁਲਮ ਦਿੰਦਾ ਪਏ। ਸਾਡੀ ਦਰਖਾਸਤ ਹੈ ਮਿਹਰਬਾਨੀ ਕਰੋ ਤੇ ਸਾਡੀ ਇਹ ਬਿਜਲੀ ਚਾਲੂ, ਇਹ ਬਿਜਲੀ ਤੁਹਾਡੀ ਕਿਤਨੇ ਟਾਈਮ ਕਨੇ ਕੋਈ ਨਹੀਂ, ਇਹ ਅੱਜ ਤ੍ਰੀਜੇ ਹਫ਼ਤੇ ਕਨੇ ਉੱਥੋਂ ਤੇ ਮੈਂ ਨਾ ਪਏ।